ਸਤਿਗੁਰ ਜੀ ਸਾਰਿਆਂ ਨੂੰ ਸੋਨਦਾ ਤੁਸੀਂ ਕੁਲਜੀਤ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਫਲੈਸ਼ న్యూਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਤਾਂ ਰਣਜੀਤ ਭਾਜੀ ਜਿਨ੍ਹਾਂ ਦਾ ਆਫਿਸ ਪਾਰਮਾ ਦੇ ਵਿੱਚ ਹੈ ਉਹਨਾਂ ਦਾ ਜਿਹੜਾ ਟੈਲੀਫੋਨ ਨੰਬਰ ਟਿਕਟਾਂ ਵਾਲਾ ਉਸ ਨੂੰ ਫੋਨ ਕਰਨ ਦੇ ਲਈ ਤੁਹਾਨੂੰ ਵਟਸਐਪ ਨੰਬਰ ਯੂਜ਼ ਕਰਨਾ ਪੈਣਾ ਜਾਂ ਫਿਰ ਤੁਹਾਨੂੰ ਟੈਲੀਫੋਨ ਕਰਨਾ ਪੈਣਾ ਉਹਨਾਂ ਦੇ ਆਫਿਸ ਵਾਲੇ ਨੰਬਰ ਤੇ ਕਿਉਂਕਿ ਉਹ ਟੈਲੀਫੋਨ ਉਹਨਾਂ ਦਾ ਇੰਡੀਆ ਪਹੁੰਚ ਗਿਆ ਦੀ ਇਸ ਕਰਕੇ WhatsApp ਨੰਬਰ ਤੇ ਹੀ ਫੋਨ ਕਰੋ ਸਭ ਤੋਂ ਪਹਿਲੀ ਖਬਰ ਵੱਲ ਚਲਦੇ ਹਾਂ ਜੀ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਮਾਰੀਓ ਦਰਾਗੀ ਜੀ ਵੱਲੋਂ ਆ ਰਹੀ ਹੈ ਮਾਰੀਓ ਦਰਾਗੀ ਜੀ ਨੇ ਦੇਖਿਆ ਕਿ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਆ ਰਹੀ ਹੈ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਰਸ਼ੀਆ ਯੂਕਰੇਨ ਦੇ ਵਿੱਚ ਜੋ ਯੁੱਧ ਹੋ ਰਿਹਾ ਹੈ ਜਿਸ ਦੇ ਕਾਰਨ ਸਾਰੇ ਪਾਸੇ ਰੇਟ ਵਧ ਰਹੇ ਨੇ ਪੈਟਰੋਲ ਕੱਚਾ ਤੇਲ ਡੀਜ਼ਲ ਗੈਸ ਆਫ ਦੇ ਰੇਟ ਵਧ ਰਹੇ ਜੇਕਰ ਪੈਟਰੋਲ ਦਾ ਰੇਟ ਵਧਦਾ ਤੇ ਇਹਦੇ ਨਾਲ ਨਾਲ ਬਾਕੀ ਖਾਣ ਪੀਣ ਦੀਆਂ ਚੀਜ਼ਾਂ ਦੇ ਵੀ ਰੇਟ ਨਾਰਮਲ ਵਧਦੇ ਆ ਸਭ ਤੋਂ ਜ਼ਿਆਦਾ ਜਿਹੜਾ ਉਤਪਾਦਨ ਹੋ ਰਿਹਾ ਗੈਸ ਦਾ ਜ਼ਿਆਦਾਤਰ 40% ਆ ਜਿਹੜੀ ਗੈਸ ਇਟਲੀ ਦੇ ਵਿੱਚ ਆ ਰਸ਼ੀਆ ਤੋਂ ਆ ਰਹੀ ਹੈ ਤੇ ਇਸ ਨੂੰ ਦੇਖਣ ਦੇ ਲਈ ਕਿਉਂਕਿ ਜੇਕਰ ਹੁਣ ਇਹਨਾਂ ਦਾ ਮਹਾਯੁੱਧ ਸ਼ੁਰੂ ਹੋ ਗਿਆ ਤਾਂ ਬਾਅਦ ਵਿੱਚ ਵੀ ਹੋ ਸਕਦਾ ਹੈ। ਯਾ ਰਸ਼ੀਆ ਤੇ ਪਤਾ ਪੂਰੀ ਤਰ੍ਹਾਂ ਡਿਪੈਂਡ ਬੰਦੇ ਨਹੀਂ ਰਹਿ ਸਕਦੇ ਇਸ ਕਰਕੇ ਮਾਰੀਓ ਦਰਾਗੀ ਜੀ ਨੇ ਇੱਕ ਬਿਆਨ ਦਿੱਤਾ ਕਿ ਉਹ ਹੁਣ ਕਤਰ ਐਮਿਰਾ ਜਿਹੜੇ ਐਮਿਰਫ ਕਤਰ ਉਹਨਾਂ ਦੇ ਨਾਲ ਗੱਲ ਕੀਤੀ ਜਿਨ੍ਹਾਂ ਦਾ ਨਾਮ ਅਲਥਾਨੀ ਜੀ ਹੈ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਆਪਣੀ ਗੈਸ ਸ਼ਾਇਦ ਕਤਰਤੂਲ ਨੇ ਸ਼ੁਰੂ ਕਰਦਾਂਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੀ ਕੋਆਪਰੇਸ਼ਨ ਦੀ ਗੱਲਬਾਤ ਉਹਨਾਂ ਦੇ ਨਾਲ ਹੁਣ ਸ਼ੁਰੂ ਹੋ ਗਈ ਹੈ ਜੀ ਕਿਉਂ ਰਸ਼ੀਆ ਦੇ ਉੱਤੇ ਹੁਣ ਯਕੀਨ ਨਹੀਂ ਰਿਹਾ ਇਟਲੀ ਨੂੰ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ ਉਸ ਤੋਂ ਬਾਅਦ ਚੱਲਦੇ ਹਾਂ ਜੀ ਰਸ਼ੀਆ ਤੇ ਯੂਕਰੇਨ ਦੇ ਵਿੱਚ ਇਸ ਟਾਈਮ ਜੋ ਜੰਗ ਚੱਲ ਰਹੀ ਹੈ ਜੀ ਉਹਨਾਂ ਨੇ ਕੁਝ ਟਾਈਮ ਦੇ ਲਈ ਰੁਕਣ ਦਾ ਸਾਹ ਦਿੱਤਾ ਰੁਕਣ ਦੇ ਲਈ ਗਿਆ ਤੇ 2000 ਜਿਹੜੇ ਬੰਦੇ ਆ ਉਹਨਾਂ ਨੂੰ ਬਚਾ ਲਿਆ ਗਿਆ 2000 ਬੰਦਿਆਂ ਦੀ ਜਾਨ ਜਿਹੜੀ ਇਰਫਨ ਸ਼ਹਿਰਵਾ ਜੀ ਦੇ ਵਿੱਚ ਬਚਾਈ ਗਈ ਹੈ ਜਿੱਥੇ ਉੱਥੇ ਦਾ ਜਿਹੜਾ ਸਰਪੰਚ ਸੀਗਾ ਉਸ ਦੀ ਮੌਤ ਹੋਈ ਹੈ ਉਹਨੂੰ ਸਵੇਰ-ਸਵੇਰੇ ਹੀ ਖਾਣਾ ਖਾਣਾ ਜਿਸ ਟਾਈਮ ਫੜਾ ਰਿਆ ਸੀ ਉਸ ਵੇਲੇ ਹੀ ਉਹਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਯੂਕਰੇਨ ਯੂਕਰੇਨ ਨੇ ਮੰਗ ਕੀਤੀ ਹੈ ਜੀ ਲੜਾਕੂ ਜਹਾਜ਼ਾਂ ਦੀ ਅਮਰੀਕਾ ਦੇ ਕੋਲੋਂ ਮੰਗ ਕੀਤੀ ਯੂਕਰੇਨ ਨੇ ਲੜਾਕੂ ਜਹਾਜ਼ਾਂ ਦੀ ਮਤਲਬ ਕਿ ਜ਼ੇਲੈਂਸਕੀ ਬੋਲੋ ਦੋਮੀਰ ਜ਼ੇਲੈਂਸਕੀ ਜੀ ਇਸ ਟਾਈਮ ਪੂਰੇ ਜੋਸ਼ ਹੌਸਲੇ ਦੇ ਵਿੱਚ ਜਿਹੜਾ ਵਰਲਡ ਵਾਰ ਲਾਣ ਦੀ ਤੀਸਰਾ ਵਿਸ਼ਵ ਯੁੱਧ ਲਾਣ ਦੀ ਤਿਆਰੀ ਦੇ ਵਿੱਚ ਆ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਹੋਰ ਲੜਾਕੂ ਜਹਾਜ਼ ਦਿੱਤੇ ਜਾਣਾ ਅਮਰੀਕਨ ਨੂੰ ਤਾਂ ਕੋਈ ਚੱਕਰ ਨਹੀਂ ਜੀ ਉਹ ਤਾਂ ਚਾਹੁੰਦੇ ਆ ਕਿ ਉਹਨਾਂ ਦਾ ਅਸਲਾ बिकੇ ਪਰ ਜੋ ਪੋਲੋਨੀਆ ਜੇ ਅਸੀਂ ਪੋਲੈਂਡ ਦੀ ਗੱਲ ਕਰੀਏ ਪੋਲੈਂਡ ਇਸ ਗੱਲ ਦੇ ਲਈ ਜਿਆਦਾ ਹਮ ਹੀ ਨਹੀਂ ਪਰ ਰਿਆ ਉਹਦੇ ਮਨ ਦੇ ਵਿੱਚ ਇਹ ਗੱਲ ਉਹਨੂੰ ਲੱਗ ਨਹੀਂ ਰਹੀ ਤੇ ਆਖਰ ਕਿਉਂ ਇਹ ਜੇਲੈਂਸਕੀ ਇਹ ਕੰਮ ਕਰ ਰਿਹਾ ਕਿਤੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਚੱਕਰ ਤਾਂ ਨਹੀਂ 2014 ਦੇ ਵਿੱਚ ਇਹ ਵਿਵਾਦ ਸ਼ੁਰੂ ਹੋਇਆ ਸੀ ਰਸ਼ੀਆ ਤੇ ਯੂਕਰੇਨ ਰਸ਼ੀਆ ਨੇ ਯੂਕਰੇਨ ਦੇ ਯੂਕਰੇਨ ਨੇ ਰਸ਼ੀਆ ਦੇ ਬੰਦੇ 15000 ਬੰਦਾ ਇਹਨਾਂ ਨੇ ਦੱਸਿਆ ਜਾ ਰਿਹਾ ਕਿ ਰਿਪੋਰਟਾਂ ਦੇ ਹਿਸਾਬ ਨਾਲ ਖਬਰਾਂ ਦੇ ਹਿਸਾਬ ਨਾਲ 2014 ਦੇ ਵਿੱਚ ਰਸ਼ੀਆ ਦੇ ਜਿਹੜੇ ਬੰਦੇ ਉਹਨੂੰ ਮਾਰਿਆ ਸੀ ਤੇ ਹੁਣ ਤਕਰੀਬਨ ਇਹਨਾਂ ਦੇ ਹਮਲਿਆਂ ਦੇ ਨਾਲ ਬੰਦੇ ਮਰ ਰਹੇ ਨੇ ਤਾਂ ਸਾਰੇ ਦੁਨੀਆ ਦੇ ਵਿੱਚ ਤਹਿਲਕਾ ਮੁੱਚਿਆ ਹੋਇਆ ਉਧਰ ਹੀ ਰਸ਼ੀਆ ਦੇ ਉੱਤੇ ਨਵੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਰਸ਼ੀਆ ਦੇ ਉੱਤੇ ਜਿਹੜੀਆਂ ਨਵੀਆਂ ਪਾਬੰਦੀਆਂ ਲੱਗਣਗੀਆਂ ਉਹਦੇ ਨਾਲ ਸਭ ਕੁਝ ਮਹਿੰਗਾ ਹੋ ਜਾਣਾ ਤੇਲ ਪੈਟਰੋਲ ਗੈਸ ਸਭ ਕੁਝ ਮਹਿੰਗਾ ਹੋ ਜਾਣਾ ਇਸ ਕਰਕੇ ਤੁਹਾਨੂੰ ਕਹਿੰਦੇ ਆ ਜੀ ਜਿਹੜਾ ਵੀ ਖਾਣ ਪੀਣ ਦਾ ਸਮਾਨ ਆ ਮਹੀਨੇ-ਮਹੀਨੇ ਦਾ ਲਿਆ ਕੇ ਰੱਖ ਲਓ ਹੁਣ ਹੁਣ ਫਾਇਦਾ ਤੁਹਾਨੂੰ ਰੱਖਣ ਦਾ ਜਿਹੜਾ ਸਮਾਨ ਤੁਹਾਡਾ ਹੁਣ 100 150 ਰੁਪਏ ਦਾ ਨਾ ਜੇਕਰ ਇਸ ਤਰ੍ਹਾਂ ਮਹਿੰਗਾਈ ਵਾਧੀ ਗਈ ਤੇ ਇਹ ਜਿਹੜਾ 12ਵੇਂ ਦਿਨ ਤੋਂ ਜੇ ਇਹ 30 40 ਦਿਨਾਂ ਤੱਕ ਯੁੱਧ ਚੱਲਿਆ ਤਾਂ ਜਿਹੜਾ ਸਮਾਨ ਸਾਨੂੰ 150 ਰੁਪਏ ਦਾ ਮਿਲਣਾ ਉਹੀ ਸਮਾਨ ਸਾਨੂੰ 4 500 ਤੱਕ ਵੀ ਮਿਲ ਸਕਦਾ ਹੈ ਕਾਰਨ ਪੈਟਰੋਲ ਵੱਧ ਰਿਹਾ ਜੀ ਡੀਜ਼ਲ ਵੱਧ ਰਿਹਾ ਜੀ 2013 ਦੇ ਲੈਵਲ ਤੱਕ ਅਸੀਂ ਪਹੁੰਚ ਗਏ ਹਾਂ ਜੀ ਇਸ ਹਫ਼ਤੇ ਨਾਲ ਲਗਾਤਾਰ ਵਧਦੀ ਜਾ ਰਹੀ ਹੈ ਕੀਮਤ ਸਾਰੇ ਪਾਸੇ ਅਗਲਾ ਅਪਡੇਟ ਆ ਰਿਹਾ ਜੀ ਗੜਸ਼ੰਗਰ ਤੋਂ ਤੁਹਾਨੂੰ ਸਭ ਨੂੰ ਪਤਾ ਕਿ ਅਸੀਂ ਇੰਡੀਆ ਭਾਰਤ ਦੇ ਵਿੱਚ ਆਏ ਹਾਂ ਤੇ ਸਾਡਾ ਸ਼ਹਿਰ ਗੜਸ਼ੰਗਰ ਗੜਸ਼ੰਗਰ ਦੇ ਨੇੜੇ ਪਿੰਡ ਪਾਲੇਵਾਲ ਜਿੱਥੇ ਇੱਕ ਨਵਾਂ ਚਮਤਕਾਰ ਹੋਇਆ ਜਿੱਥੇ ਇੱਕ ਵਾਰਸੇ ਦੁਨੀਆ ਦੇ ਵਿੱਚ ਲੱਗ ਰਹੀ ਹੈ ਜੰਗ ਦੂਜੇ ਪਾਸੇ ਚਮਤਕਾਰ ਹੋਇਆ ਜੀ ਪਾਲੇਵਾਲ ਪਿੰਡ ਦੇ ਵਿੱਚ ਨੰਦੀ ਭਗਵਾਨ ਜੀ ਦੀ ਜਿਹੜੀ ਮੂਰਤੀ ਆ ਉਸਨੇ ਪੀਤਾ ਦੁੱਧ ਤੇ ਸ਼ਰਦਾਲੂਆਂ ਦੀ ਲੈਣ ਲੱਗੀ ਹੈ ਜੀ ਦੁੱਧ ਪਲਾਂਣ ਦੇ ਲਈ ਨੰਦੀ ਜੀ ਲੈ ਕੇ ਪਾਲੇ ਵਾਲੇ ਕਿ ਤੁਸੀਂ ਇਸ ਕ੍ਰਿਸ਼ਮੇ ਨੂੰ ਸਰਚ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਇਸ ਟਾਈਮ ਬਹੁਤ ਹੀ ਚਰਚਾ ਦੇ ਵਿੱਚ ਚੱਲ ਰਿਹਾ ਮਿਲਦੇ ਆ ਜੀ ਸ਼ਾਮ ਦੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੋਂ ਹੀ ਕੁਲਵਿੰਦਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ